ਕਿਹਨੂੰ ਵੋਟ ਪਾਉਣੀ ਦੱਸੂਗਾ ਚੋਣਾਂ ਦੇ ਵਿੱਚ ਕਿਹੋ ਜਿਹਾ ਐਮਪੀ ਹੋਣਾ ਚਾਹੀਦਾ, ਕਿਹੜੀ ਪਾਰਟੀ ਦਾ ਐਮਪੀ ਨੂੰ ਵੋਟ? ਸਾਰਿਆਂ ਨੂੰ ਪਾ ਲੈਣੀ ਹੈ, ਬੁਰਾ ਹਾਲ ਰੋਟੀ ਨਹੀਂ ਖਾਣ ਜੁੜਦੀ ਹੈ। ਵੱਡੇ ਲੀਡਰ ਆਉਂਦੇ, ਅਸੀਂ ਤੁਹਾਡੇ ਵਾਅਦੇ ਪੂਰੇ ਔਰ ਕੁਛ ਨਹੀਂ ਕਰਦੇ। ਚਾਰ ਉਮੀਦਵਾਰ ਨੇ ਇਸ ਵਾਰੀ, ਚਾਰ ਹੈਗੇ ਤੇ ਜੋ ਸਾਥ ਦਊਗਾ ਉਹਨੂੰ ਵੋਟ ਪਾਣੀ ਜੇ ਠੋਕੇ ਪਾਣੀ ਹੈ ਵੋਟ। ਆਪਾਂ 70 ਸਾਲਾਂ ਤੋਂ ਕਾਂਗਰਸ ਜਾਂ ਬੀਜੇਪੀ ਕੋਈ ਵੀ ਲਿਆ ਰਹੇ ਪਾਰਟੀਆਂ ਨੂੰ, ਇੱਕ ਵਾਰੀ ਕਿਉਂ ਨਹੀਂ ਆਪਾਂ ਆਜ਼ਾਦ ਉਮੀਦਵਾਰਾਂ ਨੂੰ ਮੌਕਾ ਦੇ ਰਹੇ? ਉਮੀਦਵਾਰ ਜਿਵੇਂ ਜਨਤਾ ਦੀਆਂ ਮੁੱਦਿਆਂ ਦੇ ਪੂਰਾ ਉੱਤਰ ਪਾਏਗਾ। ਦੇਖੋ ਜਦੋਂ ਪਾਰਟੀ ਕਿਸੇ ਨੂੰ ਚੁਣ ਲੈਂਦੀ ਹੈ ਉਹ ਵੀ ਤਾਂ ਖਾਲੀ ਆਜ਼ਾਦ ਹੀ ਹੁੰਦਾ, ਇਕੱਲਾ ਹੀ ਹੁੰਦਾ। ਦੇਸ਼ ਆਜ਼ਾਦ ਦੇ ਹੁੰਦਿਆਂ ਵੀ ਇੱਕ ਬੰਦਾ 400 ਕਿੱਲਿਆਂ ਦਾ ਮਾਲਕ ਹੈ, ਇੱਕ ਕੋਲ ਆਪਣਾ ਘਰ ਹੈ ਨਹੀਂ, ਆਪਣੇ ਆਜ਼ਾਦ ਮੁਲਕ ਦੇ ਵਿੱਚ ਰਹਿ ਕੇ ਵੀ ਉਹ ਕਿਰਾਏਦਾਰ ਹੈ ਤਾਂ ਉਹ ਕਾਹਦਾ ਆਜ਼ਾਦ ਹੈ? ਇਹੋ ਜਿਹਾ ਐਮਪੀ ਜਿਹੜਾ ਅੰਮ੍ਰਿਤਸਰ ਵਾਸਤੇ ਵਾਜਬ ਹੈ, ਅੰਮ੍ਰਿਤਸਰ ਦੇ ਵਿੱਚ ਇਹੀ ਐਮਪੀ ਇਹੋ ਜਿਹਾ ਚਾਹੁੰਦੇ ਹਾਂ ਕਿ ਜਿਹੜਾ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੋਵੇ। ਤਰਨਜੀਤ ਸਿੰਘ ਸੰਧੂ ਸਮੁੰਦਰੀ, ਉਹਨਾਂ ਵਾਸਤੇ ਕੀ ਸੋਚਦੇ ਹੋ? ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਕਿਵੇਂ ਦੇਖਦੇ ਹੋ? ਦੇਖੋ ਲੀਡਰ ਅੱਛੇ ਨੇ, ਉਹਨਾਂ ਦੇ ਕੰਮ ਅੱਛੇ ਕੀਤੇ। ਔਜਲਾ ਸਾਹਿਬ ਕਹਿੰਦੇ ਮੈਂ ਤਾਂ ਬੜੀ ਆਵਾਜ਼ ਬੁਲੰਦ ਕੀਤੀ ਹੈ ਜੀ ਸੈਂਟਰ ਦੇ ਵਿੱਚ। ਖਾਲੀ ਆਵਾਜ਼ ਬੁਲੰਦ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ। ਮੰਤਰੀ ਸਾਹਿਬ ਨੇ ਜਿਹੜੇ ਧਾਲੀਵਾਲ ਉਹ ਵੀ ਮੈਦਾਨ ਦੇ ਵਿੱਚ। ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਬਹੁਤ ਸੀਗੀਆਂ, ਲੇਕਿਨ ਚਲੋ ਇੱਕ ਤਾਂ ਵਾਅਦਾ ਉਹਨਾਂ ਪੂਰਾ ਕੀਤਾ, ਬਿਜਲੀ ਦਿੱਤੀ ਲੋਕਾਂ ਫਰੀ, ਬਾਕੀ ਦੇ ਵਾਅਦੇ ਜਿਹੜੇ ਹਜੇ ਕੋਈ ਉਹ ਪੋਸਟਪੋਨ ਹੀ ਪਏ। ਹਾਂਜੀ ਸਰ, ਕਿਵੇਂ ਦੇਖਦੇ ਹੋ? ਚਾਰ ਉਮੀਦਵਾਰ ਨੇ, ਚਾਰੇ ਬੜੇ ਬੜੇ ਵਾਅਦੇ ਦਿੱਤੇ ਬੀਜੇਪੀ ਨੇ ਸਰ। ਬੀਜੇਪੀ ਸੈਂਟਰ 'ਚ ਹੈਗੀ ਹੈ ਸਰ, ਬੀਜੇਪੀ ਦਾ ਤਾਂ ਵਿਰੋਧ ਵੀ ਬੜਾ ਹੋ ਰਿਹਾ, ਇਸੇ ਕਰਕੇ ਉਹਨੂੰ ਪਾ ਰਹੇ ਜੀ, ਵਿਰੋਧ ਹੋ ਰਿਹਾ। ਬੀਜੇਪੀ ਤੋਂ ਤਰਨਜੀਤ ਸੰਧੂ ਨੇ ਬਾਹਰੋਂ ਆਏ ਹੋਏ ਜਾਂਦੇ ਜੀ, ਬਾਹਰੋਂ ਪੈਰਾਸੂਟ ਨਾਲ ਉਤਾਰਦਾ, ਬੰਦਾ ਲਾਇਕ ਨਹੀਂ ਆ ਸਕਦਾ, ਸਾਨੂੰ ਲਾਇਕ ਬੰਦੇ ਦੀ ਉਮੀਦ ਹੈ। ਵੋਟਾਂ ਚੱਲ ਰਹੀਆਂ, ਕਿਹਨੂੰ ਵੋਟ ਪਾਉਣੀ? ਵੋਟ ਭਾਜੀ ਹਾਲੇ ਕੁਛ ਪਤਾ ਨਹੀਂ ਹੈ ਜੀ ਕਿਹਨੂੰ ਪਾਉਣੀ ਆ। ਕਿਹੜੀ ਪਾਰਟੀ ਨੂੰ? ਫਿਰ ਵੀ ਦੇਖੋ ਜਿਹੜੀ ਆ ਗਈ ਉਹਨੂੰ ਪਾਵਾਂਗੇ। ਜਿਹੜਾ ਚਾਵਦਾ ਜੀ ਅੰਮ੍ਰਿਤਸਰ ਦੀ ਵਾਜਬ ਹੈ, ਕਿਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਆਪਾਂ ਨੂੰ? ਭਗਵੰਤ ਮਾਨ ਜੀ ਹੈਗੇ, ਵੇਖੋ ਕੀ ਕਰਦੇ ਆ ਉਹਨਾਂ ਦੀ ਪਾਰਟੀ ਦੇ ਧਾਲੀਵਾਲ ਸਾਹਿਬ ਨੇ ਜਿਹੜੇ ਆਮ ਆਦਮੀ ਪਾਰਟੀ। ਕੁਛ ਨਹੀਂ ਕਹਿ ਸਕਦੇ ਮੇਰੇ ਤੇ, ਸਾਡੇ ਕੋਲ ਕੁਛ ਨਹੀਂ ਹੈ, ਅੱਗੇ ਕਿੰਨਾ ਕੁ ਸੁਧਾਰ ਰਿਹਾ ਤੁਹਾਨੂੰ ਪਤਾ ਹੀ ਆ ਸਾਰਾ। ਹਾਂਜੀ ਬਾਬਾ ਜੀ, ਵੋਟ ਕਿਹਨੂੰ ਪਾਉਣੀ ਜੋ? ਵੋਟ ਕਿਹਨੂੰ ਪਾਈਏ? ਕੋਈ ਫਾਇਦਾ ਕੋਈ ਹੈ ਨਹੀਂ, ਕਿਸੇ ਨੂੰ ਵੀ ਪਾਉਣ ਦਾ ਭਾਅ, ਉਹਨੂੰ ਪਾ ਦਿਓ ਤੇ ਉਹਨੂੰ ਪਾ ਦਿਓ, ਸਾਨੂੰ ਤਾਂ ਪੁਲਿਸ ਤੰਗ ਕਰਨੇ ਖਲੋਂਦੇ ਨੇ, ਦਿਹਾੜੀ ਬੰਨਣ ਡੀ ਆਪਾਂ, ਇਹੀ ਸਰਕਾਰ ਨੂੰ ਕੀ ਕਹਿਣਾ ਹੈਗਾ? ਵੋਟ ਪਾਉਣੀ ਤਾਂ ਜ਼ਰੂਰੀ ਹੈ ਨਾ, ਇਹ ਕੀ ਵੋਟ ਪਾ, ਕਾਂਗਰਸ ਨੂੰ ਪਾਣੀ ਹੋਰ ਕਿਸੇ ਨੂੰ ਨਹੀਂ ਪਾਣੀ, ਉੱਥੇ ਨੂੰ ਪਾਣੀ ਹੈ। ਉਹਨਾਂ ਨੇ ਕੀ ਸਵਾਰਿਆ? ਉਹ ਸਵਾਰਿਆ ਸਾਡੇ, ਕਿਹਨੇ ਸਵਾਰਿਆ? ਕਿਸੇ ਨੇ, ਆਮ ਪਾਰਟੀ ਨੇ ਨਹੀਂ ਸਵਾਰਿਆ, ਆਪਾਂ ਧੱਕੇ ਦੇ ਧੱਕੇ ਹੀ ਖਾਣਾ ਹੈ, ਗਰੀਬ ਬੰਦੇ ਦਾ ਥਾਂ ਠਾਂ ਹੀ ਜਾਣਾ ਹੈ, ਇਹਨਾਂ ਥਾਂ ਥਾਂ ਜਾਣਾ। ਤੁਸੀਂ ਮਿਹਨਤ ਕਰਦੇ ਹੋ, ਆਮ ਜਨਤਾ ਹੈ, ਆਮ ਜਨਤਾ ਚਾਹੁੰਦੀ ਹੈ ਜੀ ਸਾਡਾ ਲੀਡਰ ਵਧੀਆ ਹੋਣਾ ਚਾਹੀਦਾ। ਆਮ ਪਾਰਟੀ ਨੂੰ ਭਾਈ ਪਦਵੀ ਪਾਰਟੀ ਸਹੀ ਹੈ ਤੁਹਾਡੇ? ਸਹੀ ਹੈ ਭਾਈ, ਠੀਕ ਹੈ, ਕੰਮ ਕਰਦੀ ਪਈ ਹੈ। ਚੱਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ। ਚੋਣਾਂ ਦੇ ਮਾਹੌਲ ਦੇ ਵਿੱਚ ਹਰ ਉਮੀਦਵਾਰ ਜਨਤਾ ਦੇ ਦਰਬਾਰ ਪਹੁੰਚ ਰਿਹਾ ਹੈ, ਤਾਂ ਅੰਮ੍ਰਿਤਸਰ ਦੇ ਉਮੀਦਵਾਰ ਵੀ ਜਿਹੜੇ ਨੇ ਜਨਤਾ ਦੇ ਦਰਬਾਰ ਜਾ ਰਹੇ ਨੇ ਵੱਡੇ ਵੱਡੇ ਵਾਅਦੇ ਅਤੇ ਵੱਡੇ ਵੱਡੇ ਦਾਅਵਿਆਂ ਦੇ ਨਾਲ। ਇਸ ਵਾਰੀ ਅੰਮ੍ਰਿਤਸਰ ਤੋਂ ਚਾਰ ਉਮੀਦਵਾਰ ਜਿਹੜੇ ਨੇ ਪਾਰਟੀਆਂ ਦੇ ਜਨਤਾ ਦੇ ਦਰਬਾਰ ਦੇ ਵਿੱਚ ਹਾਜ਼ਰ ਨੇ। ਮੌਜੂਦਾ MP ਔਜਲਾ ਸਾਹਿਬ, BJP ਤੋਂ ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਨਿਲ ਜੋਸ਼ੀ ਜੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਤਾਂ ਜਨਤਾ ਦੀ ਰਾਏ ਜਾਣਦੇ ਹਾਂ, ਜਨਤਾ ਨੂੰ ਕਿਹੋ ਜਿਹਾ MP ਚਾਹੀਦਾ, ਅੰਮ੍ਰਿਤਸਰ ਦੀ ਜਨਤਾ ਕਿਸ MP ਨੂੰ ਵੋਟ ਪਾਉਣਾ ਚਾਹੁੰਦੀ ਹੈ, ਅੰਮ੍ਰਿਤਸਰ ਦੀ ਜਨਤਾ ਦੀ ਰਾਏ ਜਾਣਦੇ ਹਾਂ। ਸਰ, ਚੋਣਾਂ ਦਾ ਮਾਹੌਲ ਚੱਲ ਰਿਹਾ, ਕਿਹੋ ਜਿਹਾ MP ਚਾਹੀਦਾ ਅੰਮ੍ਰਿਤਸਰ? MP ਜਿਹੜਾ ਸਾਰਿਆਂ ਦਾ, ਮਤਲਬ ਕਿ ਲੋਕਾਂ ਦੀ ਡਿਮਾਂਡ ਪੂਰੀ ਕਰੇ ਸਾਰਿਆਂ ਦੀ, ਅਤੇ ਬਾਕੀ ਜੋ ਵੀ ਕ੍ਰਾਈਮ ਆ ਉਹ ਘਟਣਾ ਚਾਹੀਦਾ, ਅਤੇ ਨਸ਼ਾ ਪੱਤਾ ਜਿਹੜਾ ਚੱਲ ਰਿਹਾ ਉਹ ਵੀ ਕੰਟਰੋਲ ਹੋਣਾ ਚਾਹੀਦਾ। ਇਸ ਵਾਰੀ ਚਾਰ ਉਮੀਦਵਾਰ ਨੇ ਮੌਜੂਦਾ MP ਜਿਹੜੇ ਔਜਲਾ ਸਾਹਿਬ ਨੇ, ਤਰਨਜੀਤ ਸਿੰਘ ਸੰਧੂ BJP ਤੋਂ, ਸ਼੍ਰੋਮਣੀ ਅਕਾਲੀ ਦਲ ਤੋਂ ਅਨਿਲ ਜੋਸ਼ੀ ਅਤੇ ਕੈਬਨਿਟ ਮੰਤਰੀ ਧਾਲੀਵਾਲ ਜਿਹੜੇ ਆਮ ਆਦਮੀ ਪਾਰਟੀ ਤੋਂ, ਕਿਹਨੂੰ ਵੋਟ ਪਾਉਣੀ ਚਾਹੀਦੀ?
ਉਹ ਇਹ ਤਾਂ ਸਮਾਂ ਦੱਸੂਗਾ, ਬਾਕੀ ਉਹ ਕੁਝ ਪ੍ਰਾਈਵੇਸੀ ਹੁੰਦੀ ਹੈ ਕਈਆਂ ਦੀ, ਬਸ ਇਹ 'ਤੇ ਕਮੈਂਟ ਨਹੀਂ ਕਰ ਸਕਦਾ ਮੈਂ। ਕੀ ਮੁੱਦੇ ਨੇ ਆਮ ਜਨਤਾ ਦੇ? ਮੁੱਦੇ ਤਾਂ ਬਹੁਤ ਮੁੱਦੇ ਆ, ਬਟ ਜਿਹੜੇ ਐਮ ਐਲ ਏ ਨੂੰ, ਜਿਹੜੇ ਐਮ ਪੀ ਆ, ਜਿੱਦਾਂ ਉਹਨਾਂ ਨੂੰ ਚਾਹੀਦਾ ਆਪਣਾ ਜਿਹੜਾ ਜੋ ਵੀ ਆਪਣੇ ਦਿੰਦੇ ਆ ਉਹ 'ਤੇ ਪੂਰਾ ਖਰਾ ਉਤਰਨ, ਬਾਕੀ ਬੈਸਟ ਲੱਕ ਉਹਨਾਂ ਨੂੰ। ਜਨਤਾ ਜਨਾਰਦਨ ਹੁੰਦੀ ਹੈ, ਜਨਤਾ ਨੇ ਫਤਵਾ ਦੇਣਾ, ਜਨਤਾ ਦੀ ਰਾਏ ਜਾਣਦੇ ਆ ਅੰਮ੍ਰਿਤਸਰ ਦੀ ਜਨਤਾ ਕਿਹੋ ਜਿਹਾ ਐਮ ਪੀ ਚਾਹੁੰਦੀ ਹੈ। ਤਾਂ ਆਟੋ ਵਾਲੇ ਵੀਰ ਵੀ ਸਾਡੇ ਨਾਲ ਨੇ, ਭਾਅ ਜੀ ਚੋਣਾਂ ਦੇ ਵਿੱਚ ਕਿਹੋ ਜਿਹਾ ਐਮ ਪੀ ਹੋਣਾ ਚਾਹੀਦਾ, ਕਿਹੜੀ ਪਾਰਟੀ ਦਾ ਐਮ ਪੀ ਨੂੰ ਵੋਟ ਪਾਓ? ਹਾਂਜੀ, ਕਿਹੜੀ ਪਾਰਟੀ ਦੀ? ਸਾਰਿਆਂ ਨੂੰ ਪਾ ਲੈਣੀ ਹੈ, ਮਜਾਈ ਇੰਨੀ ਹੈ ਜੀ, ਬੁਰਾ ਹਾਲ ਹੈ, ਰੋਟੀ ਨਹੀਂ ਖਾਣ ਜੁੜਦੀ ਹੈ। ਪਰ ਜਨਤਾ ਵੱਡੇ ਲੀਡਰ ਆਉਂਦੇ, ਅਸੀਂ ਤੁਹਾਡੇ ਵਾਅਦੇ ਪੂਰੇ ਕਰਾਂਗੇ, ਕੁਛ ਨਹੀਂ ਕਰਦੇ ਜੇ। ਗਰੀਬਾਂ ਦਾ ਸਾਥ ਦਊਗਾ, ਵੋਟ ਉਹਨੂੰ ਪਾਣੀ ਆ, ਉਹਨੂੰ ਨਹੀਂ ਵੋਟ ਪਾਣੀ ਜੋ ਕੁਛ ਵੀ ਸਾਥ ਨਹੀਂ ਦਊਗਾ। ਕਿਹਨੂੰ ਪਾਉਣੀ ਜਾਓ? ਉਹਨੂੰ ਪਾਣੀ ਜੋ ਗਰੀਬਾਂ ਦਾ ਸਾਥ ਦਊਗਾ। ਚਾਰ ਉਮੀਦਵਾਰ ਨੇ ਇਸ ਵਾਰੀ, ਚਾਰ ਹੈਗੇ ਤੇ ਜੋ ਸਾਥ ਦਊਗਾ ਉਹਨੂੰ ਵੋਟ ਪਾਣੀ ਜੀ, ਠੋਕ ਕੇ ਪਾਣੀ ਆ ਵੋਟ। ਜ਼ਰੂਰ ਜੀ, ਜਨਤਾ ਜਨਾਰਦਨ ਹੈ, ਜਨਤਾ ਫਤਵਾ ਦੇ ਜੀ ਕਿਹੜੇ ਉਮੀਦਵਾਰ ਨੂੰ ਦਿੰਦੀ ਹੈ। ਭਾਅ ਜੀ ਨਾਮ ਕੀ ਹੈ ਤੁਹਾਡਾ ਜੀ? ਮੇਰਾ ਬਾਦਾਂ ਬਾਲਕ੍ਰਿਸ਼ਨ ਸ਼ਰਮਾ ਜੀ। ਸ਼ਰਮਾ ਜੀ, ਚਾਰ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ ਤੇ ਵੱਡੇ ਵੱਡੇ ਵਾਅਦੇ ਤੇ ਵੱਡੇ ਵੱਡੇ ਦਾਅਵੇ, ਤਾਂ ਜਨਤਾ ਜਨਾਰਦਨ ਹੈ, ਫਤਵਾ ਜਨਤਾ ਨੇ ਦੇਣਾ ਹੈ। ਆਮ ਜਨਤਾ ਕੀ ਸੋਚਦੀ ਹੈ, ਕਿਹੋ ਜਿਹਾ ਐਮ ਪੀ ਚਾਹੀਦਾ ਇਸ ਵਾਰੀ? ਦੇਖੋ ਜਨਤਾ ਕੀ ਸੋਚਦੀ ਪਈ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਹੈ, ਲੇਕਿਨ ਮੈਂ ਆਪਣੇ ਬਾਰੇ ਦੱਸ ਸਕਦਾ ਕਿ ਆਪਾਂ 70 ਸਾਲਾਂ ਤੋਂ ਕਾਂਗਰਸ ਜਾਂ ਬੀਜੇਪੀ ਕੋਈ ਵੀ ਲਿਆ ਰਹੇ ਪਾਰਟੀਆਂ ਨੂੰ, ਇੱਕ ਵਾਰੀ ਕਿਉਂ ਨਹੀਂ ਆਪਾਂ ਆਜ਼ਾਦ ਉਮੀਦਵਾਰਾਂ ਨੂੰ ਮੌਕਾ ਦੇ ਰਹੇ? ਅਤੇ ਇੱਕ ਮੈਂ ਤਾਂ ਲੋਕਾਂ ਨੂੰ ਇਹੋ ਹੀ ਕਹਾਂਗਾ ਵੀ ਤੁਸੀਂ ਇੱਕ ਵਾਰੀ ਆਜ਼ਾਦ ਨੂੰ ਮੌਕਾ ਦਿਓ, ਤਾਂ ਕਿ ਤੁਹਾਨੂੰ ਜਿੰਨਾ ਵੀ 70 ਸਾਲਾਂ ਤੋਂ ਜੋ ਵੀ ਕੁਛ ਦੇਖਿਆ ਵੀ ਖਾਲੀ ਵਾਅਦੇ ਤੋਂ ਬਗੈਰ ਉਹਨਾਂ ਨੇ ਕੁਛ ਨਹੀਂ ਦਿੱਤਾ। ਸੋ ਜਨਤਾ ਦੇ ਪੈਸੇ ਦੇਣੇ ਆ। ਮੈਂ ਕਹਿੰਦਾ ਇੱਕ ਮੇਰਾ ਆਪਣਾ ਮੁੱਦਾ ਹੈ ਕਿ 25,000 ਰੁਪਏ ਪੈਨਸ਼ਨ ਜਿਹੜੀ ਆ ਆਮ ਬੰਦੇ ਦੀ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਕਿ ਆਪਾਂ ਡਾਕਟਰਾਂ ਨੂੰ 1.5-1.5 ਲੱਖ, 1-1 ਲੱਖ ਪੈਨਸ਼ਨ ਦੇ ਰਹੇ ਹਾਂ। ਗਰੀਬ ਬੰਦਾ ਕਿਉਂ ਤਰਲੇ ਲੈ ਰਿਹਾ ਜਦੋਂ ਸਾਬਣ ਉਸੇ ਭਾਅ ਲੈ ਰਿਹਾ, ਤੇਲ ਉਸੇ ਭਾਅ ਲੈ ਰਿਹਾ, ਤਾਂ ਗਰੀਬ ਅਮੀਰ ਕਿਉਂ? ਇਹਨਾਂ ਨੇ ਇੱਕ ਵਾਰ ਜਦੋਂ ਵੋਟ ਗਰੀਬ ਅਮੀਰ ਨਹੀਂ ਹੈ ਤਾਂ ਸਭ ਨੂੰ ਇੱਕੋ ਜਿਹਾ ਰੱਖਣ। ਆਜ਼ਾਦ ਉਮੀਦਵਾਰ ਕਿਵੇਂ ਜਨਤਾ ਦੀਆਂ ਮੁੱਦਿਆਂ ਦੇ ਪੂਰਾ ਉੱਤਰ ਪਾਏ ਗਿਆ, ਕਿਉਂਕਿ ਉਹਨੂੰ ਆਪਣਾ ਹੀ ਨਹੀਂ ਪਤਾ ਹੁੰਦਾ ਤਾਂ ਆਜ਼ਾਦ ਉਮੀਦਵਾਰ ਸੈਂਟਰ ਦੇ ਵਿੱਚ ਆਵਾਜ਼ ਬੁਲੰਦ ਕਿਵੇਂ ਕਰ ਪਾਏਗਾ? ਦੇਖੋ ਜਦੋਂ ਪਾਰਟੀ ਕਿਸੇ ਨੂੰ ਚੁਣ ਲੈਂਦੀ ਹੈ ਉਹ ਵੀ ਤਾਂ ਖਾਲੀ ਆਜ਼ਾਦ ਹੀ ਹੁੰਦਾ, ਇਕੱਲਾ ਹੀ ਹੁੰਦਾ। ਪਾਰਟੀ ਚੁਣ ਲਏ ਤਾਂ ਉਹਦੇ 'ਚ ਕਿਹੜੀ ਪਾਵਰ ਆ ਜਾਂਦੀ ਹੈ? ਅਤੇ ਪਾਵਰ ਤਾਂ ਗੌਰਮੈਂਟ ਕੋਲ, ਪਬਲਿਕ ਕੋਲ ਹੈ। ਪਬਲਿਕ ਪਾਵਰ ਦੇਵੇ ਤਾਂ ਮੇਰੇ ਖਿਆਲ ਉਹ 'ਚ ਪਾਵਰ ਆ ਜਾਂਦੀ ਹੈ। ਪਰ ਜਿਹੜੇ ਚਾਰ ਉਮੀਦਵਾਰ ਨੇ ਵੱਡੇ ਵਾਅਦੇ ਦੇ ਵੱਡੇ ਦਾਅਵਿਆਂ ਦੇ ਨਾਲ ਜਨਤਾ ਦੇ ਦਰਬਾਰ ਜਾ ਰਹੇ ਨੇ, ਮੌਜੂਦਾ ਐਮ ਪੀ ਔਜਲਾ ਸਾਹਿਬ ਨੇ, ਤਰਨਜੀਤ ਸਿੰਘ ਸੰਧੂ ਬੀਜੇਪੀ ਤੋਂ, ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਤੋਂ, ਅਤੇ ਮੌਜੂਦਾ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਧਾਰੀਵਾਲ ਵੀ ਜਿਹੜੇ ਮੈਦਾਨ ਦੇ ਵਿੱਚ। ਇਹਨਾਂ ਨੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹਨਾਂ ਨੇ ਵੀ ਇੱਕ ਬੰਦਾ ਬਾਹਰੋਂ ਹੀ ਇੱਕ ਚੁੱਕਿਆ ਹੁੰਦਾ, ਚਾਹੇ ਤੁਸੀਂ ਕਹੋ ਅਮੇਰੀਕਾ 'ਚੋਂ ਆ ਗਿਆ, ਜਾਪਾਨ 'ਚੋਂ ਆ ਗਿਆ, ਰਸ਼ੀਆ 'ਚੋਂ ਆ ਗਿਆ, ਆਏ ਤਾਂ ਹੈ ਨਾ ਬਾਹਰੋਂ। ਇਸੇ ਤਰ੍ਹਾਂ ਹੀ ਜਿਹੜਾ ਵੀ ਤੁਸੀਂ ਆਜ਼ਾਦ ਚੁਣਾਓਗੇ, ਆਜ਼ਾਦ ਜਿਤਾਓਗੇ, ਉਹ ਵੀ ਤਾਂ ਕਿਸੇ ਪਾਰਟੀ ਵਿੱਚ ਹੀ ਜਾਏਗਾ ਨਾ। ਅਤੇ ਜਿਹੜਾ ਆਪਣੀਆਂ ਮਤਲਬ ਜਿਹੜੀਆਂ ਉਹਨੂੰ ਮਤਲਬ ਪਬਲਿਕ ਦੇ ਹਿੱਤ ਵਿੱਚ ਜਿਹੜੇ ਸਰ ਦੇ ਮੁੱਦੇ ਜਿਹੜੇ ਨੇ, ਜਿਹੜੇ ਮੁੱਦਿਆਂ ਦੇ ਚੋਣ ਲੜਨੀ ਚਾਹੀਦੀ ਆ ਸੱਚ ਦੇ ਵਿੱਚ, ਜਿਹੜੇ ਐਮ ਪੀ ਲੜ ਰਹੇ ਨੇ ਉਹਨਾਂ ਨੂੰ ਮੁੱਦਿਆਂ ਤੋਂ ਜਾਣੂ ਹੋਣਾ ਚਾਹੀਦਾ, ਕਿਹੜੇ ਮੁੱਦੇ ਆਮ ਨੇ? ਮੈਂ ਇੱਕ ਗੱਲ ਜਾਣਦਾ ਹੈ ਵੀ ਜੇ ਇੱਕ ਗਰੀਬ ਹੈ ਜਿਹਦੇ ਕੋਲ ਮਕਾਨ ਵੀ ਨਹੀਂ ਹੈਗਾ, ਦੇਸ਼ ਆਜ਼ਾਦ ਦੇ ਹੁੰਦਿਆਂ ਹੁੰਦਿਆਂ ਵੀ ਇੱਕ ਬੰਦਾ 400 ਕਿੱਲਿਆਂ ਦਾ ਮਾਲਕ ਹੈ, ਇੱਕ ਕੋਲ ਆਪਣਾ ਘਰ ਹੈ ਨਹੀਂਗਾ, ਆਪਣੇ ਆਜ਼ਾਦ ਮੁਲਕ ਦੇ ਵਿੱਚ ਰਹਿ ਕੇ ਵੀ ਉਹ ਕਿਰਾਏਦਾਰ ਹੈ, ਤਾਂ ਉਹ ਕਾਹਦਾ ਆਜ਼ਾਦ ਹੈ? ਅਤੇ ਸੋ ਮੈਂ ਕਹਿੰਦਾ ਵੀ ਆਜ਼ਾਦ ਨੂੰ ਪਾਓ, ਅਤੇ ਉਹ ਆਜ਼ਾਦ ਆਪੇ ਕਿਸੇ ਪਾਰਟੀ ਕੋਲ ਚੱਲ ਜਾਏਗਾ, ਲੇਕਿਨ ਉਹ ਤੁਹਾਡੀ ਬੋਲੀ ਬੋਲੇਗਾ, ਨਾ ਕਿ ਪਾਰਟੀ ਦੀ ਬੋਲੀ ਬੋਲੇਗਾ, ਨਹੀਂ ਤਾਂ ਉਹਨੂੰ ਪਾਰਟੀ ਦੀ ਬੋਲੀ ਬੋਲਣੀ ਪੈਣੀ ਹੈ। ਜ਼ਰੂਰ ਜੀ, ਆਜ਼ਾਦ ਉਮੀਦਵਾਰ ਦੀ, ਆਜ਼ਾਦ ਉਮੀਦਵਾਰ ਨੂੰ ਆਉਂਦੇ ਜੀ ਵੋਟ ਪਾਓ, ਪਰ ਚਾਰ ਨੁਮਾਇੰਦੇ ਜਿਹੜੇ ਜੇ ਚੋਣਾਂ ਲੜ ਰਹੇ ਨੇ ਉਹਨਾਂ ਬਾਰੇ ਵੀ ਜਾਣਨਾ ਜ਼ਰੂਰ ਚਾਹੁੰਦੇ ਹਾਂ। ਆਮ ਜਨਤਾ ਦੀ ਰਾਏ ਜੀ, ਆਮ ਜਨਤਾ ਕੀ ਸੋਚਦੀ ਹੈ, ਕਿਸ ਤਰ੍ਹਾਂ ਦੇ ਜਨਤਾ
ਲੀਡਰ ਹੋਣੇ ਚਾਹੀਦੇ ਨੇ, ਜਨਤਾ ਜਨਾਰਦਨ ਹੁੰਦੀ ਆ, ਫਤਵਾ ਜਨਤਾ ਨੇ ਦੇਣਾ ਹੈ। ਤਾਂ ਭਾਅ ਜੀ ਅੰਮ੍ਰਿਤਸਰ ਦੀ ਜਨਤਾ ਕੀ ਸੋਚਦੀ ਹੈ? ਸੋਰੀ, ਚਾਰ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ, ਕਿਹੋ ਜਿਹਾ ਐਮ ਪੀ ਜਿਹੜਾ ਅੰਮ੍ਰਿਤਸਰ ਵਾਸਤੇ ਵਾਜਬ ਹੈ? ਦੇਖੋ ਜੀ, ਅੰਮ੍ਰਿਤਸਰ ਦੇ ਵਿੱਚ ਹੀ ਐਮ ਪੀ ਇਹੋ ਜਿਹਾ ਚੱਲਦੇ ਹਾਂ ਕਿ ਜਿਹੜਾ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੋਵੇ, ਜਿਹੜੇ ਲੋਕਾਂ ਦੇ ਕੰਮ ਆ ਸਕਣ ਔਰ ਇਹਨਾਂ ਨੂੰ ਲੋੜ ਪੈਣ 'ਤੇ ਇਹਨਾਂ ਨੂੰ ਮਿਲ ਸਕਣ। ਜੇ ਸਾਡੇ ਐਮ ਪੀ ਹੋਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦਾ ਕੰਮ, ਕਿ ਸਾਨੂੰ ਇਹਨਾਂ ਦੇ ਐਮ ਪੀ ਦਾ ਹੋਣ ਦਾ ਤਾਂ ਹੀ ਫਾਇਦਾ ਵਾ, ਜੇ ਕਿ ਆਮ ਲੋਕਾਂ ਦੇ ਨਜ਼ਦੀਕ ਜਿਹੜਾ ਕੰਮ ਮੁਸ਼ਕਲ ਹੁੰਦੀ ਆ ਉਹਦਾ ਸਮਾਧਾਨ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਹੁੰਦਾ। ਮੌਜੂਦਾ ਐਮ ਪੀ ਜਿਹੜੇ ਔਜਲਾ ਸਾਹਿਬ ਨੇ, ਕਿਵੇਂ ਦੇਖਦੇ ਉਹਨਾਂ ਨੇ? ਦੂਜੀ ਵਾਰ, ਤੀਜੀ ਵਾਰ ਸੀਟ ਦਿੱਤੀ ਆ ਪਾਰਟੀ ਨੇ, ਭਰੋਸਾ ਜਿਤਾਇਆ? ਔਜਲਾ ਸਾਹਿਬ ਦੇ ਬਾਰੇ ਆਪਾਂ ਇਹ ਨਹੀਂ ਕਹਿ ਸਕਦੇ, ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੀ ਸਰਕਾਰ ਉੱਪਰ ਨਹੀਂ ਗੀ, ਨਾ ਥੱਲੇ ਸਰਕਾਰ ਹੈਗੀ ਆ, ਇਹਨਾਂ ਦੀ ਸੁਣਵਾਈ ਜਿਹੜਾ ਸਰਕਾਰਾਂ ਦੇ ਨਾਲ ਹੀ ਸੁਣਵਾਈ ਹੁੰਦੀ ਆ, ਜੇ ਉੱਪਰਲੀ ਸਰਕਾਰ ਉਹਨਾਂ ਦੀ ਹੈ ਥੱਲੇ ਇਹਨਾਂ ਦੀ ਸਰਕਾਰ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਬੀਜੇਪੀ ਦੇ ਲੀਡਰ ਨੇ ਜਿਹੜੇ ਆਪਣਾ ਤਰਨਜੀਤ ਸਿੰਘ ਸੰਧੂ ਸਮੁੰਦਰੀ, ਉਹਨਾਂ ਵਾਸਤੇ ਕੀ ਸੋਚਦੇ ਹੋ? ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਕਿਵੇਂ ਦੇਖਦੇ ਉਹਨਾਂ? ਵੇਖੋ, ਲੀਡਰ ਅੱਛੇ ਨੇ, ਉਹਨਾਂ ਨੇ ਕੰਮ ਅੱਛੇ ਕੀਤੇ ਆ, ਪਰ ਸਵਾਲ ਹੈਗਾ ਕਿ ਲੋਕਾਂ ਦੀ ਜਿਹੜੀ ਪਹੁੰਚ ਤੋਂ ਬਾਹਰ ਨੇ ਇਹ ਲੋਕ, ਇਹਨਾਂ ਨੂੰ ਚਾਹੀਦਾ ਕਿ ਸ਼ਹਿਰ ਦੇ ਲੋਕਲ ਬੰਦੇ ਨੂੰ ਚੁਣਨ, ਜਿਹਦੇ ਵਿੱਚ ਐਮ ਪੀ ਸੀਟ ਦਾ ਬੜਾ ਲੜਾਉਣਾ ਚਾਹੀਦਾ। ਮੈਨੂੰ ਇਹ ਦੱਸੋ, ਆਪਣੇ ਮੁੱਦੇ ਕਿਹੜੇ ਨੇ ਅੰਮ੍ਰਿਤਸਰ ਦੇ? ਜਨਤਾ ਦੇ ਦਰਬਾਰ ਦੇ ਵਿੱਚ ਲੀਡਰ ਜਾ ਰਹੇ ਨੇ, ਨੇਤਾ ਜਾ ਰਹੇ ਨੇ, ਆਮ ਜਨਤਾ ਦੇ ਕਿਹੜੇ ਮੁੱਦੇ ਨੇ ਜਿਹੜੇ ਉਹ ਸੁਣਵਾਈ ਨਹੀਂ ਹੋ ਰਹੀ ਹੈ, ਜਿਹੜੇ ਮੁੱਦਿਆਂ ਦੇ ਚੋਣ ਲੜਨੀ ਚਾਹੀਦੀ? ਵੇਖੋ ਜੀ, ਚੋਣ ਅੰਮ੍ਰਿਤਸਰ ਜਿਹੜੀ ਹੈ, ਅੰਮ੍ਰਿਤਸਰ ਦੇ ਲੋਕ ਇਹੀ ਚਾਹੁੰਦੇ ਆ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਧੀਆ ਵਿਕਾਸ ਹੋਵੇ, ਵਿਕਾਸ ਦੇ ਵਿੱਚ ਦੇ ਨਾਂ ਦੇ ਉੱਤੇ ਕੁਛ ਇਹੋ ਜਿਹੀ ਗੱਲਬਾਤ ਕੋਈ ਨਜ਼ਰ ਨਹੀਂ ਆ ਰਹੀ ਹੈ। ਸਰਕਾਰਾਂ ਬਦਲ ਜਾਂਦੀਆਂ, ਬਾਹਰ ਦੇ ਕੰਮ ਉੱਥੇ ਉੱਥੇ ਜਿਹੜੇ ਅੜੇ ਹੁੰਦੇ ਆ ਉੱਥੇ ਉੱਥੇ ਰਹਿ ਜਾਂਦੇ ਆ। ਪਰ ਔਜਲਾ ਸਾਹਿਬ ਕਹਿੰਦੇ ਮੈਂ ਤਾਂ ਬੜੀ ਆਵਾਜ਼ ਬੁਲੰਦ ਕੀਤੀ ਹੈ ਜੀ ਸੈਂਟਰ ਦੇ ਵਿੱਚ। ਖਾਲੀ ਆਵਾਜ਼ ਬੁਲੰਦ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ, ਆਵਾਜ਼ ਬੁਲੰਦ ਕੀਤੀ ਆਪਾਂ ਵੀ ਮੰਨਦੇ ਇਸ ਗੱਲ ਨੂੰ, ਪਰ ਸਵਾਲ ਹੈਗਾ ਕਿ ਜਦੋਂ ਤੱਕ ਸਰਕਾਰ ਉੱਪਰ ਥੱਲੇ ਇੱਕੋ ਜਿਹੀ ਸਰਕਾਰ ਨਾ ਹੋਵੇ ਤਦ ਤੱਕ ਬੁਲੰਦ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਨਿਲ ਜੋਸ਼ੀ ਜੀ ਨੇ, ਉਹ ਕਹਿੰਦੇ ਕਿ ਤੁਹਾਡੀ ਆਪਣੀ ਪਾਰਟੀ ਆ, ਪੰਜਾਬ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਸਾਨੂੰ ਇਸ ਵਾਰੀ ਜ਼ਰੂਰ ਮੋਚਾ ਦਿਓ, ਅਸੀਂ ਆਪਣੇ ਬਲਬੂਤੇ ਚੋਣ ਲੜ ਰਹੇ, ਪਹਿਲਾਂ ਭਾਈਵਾਲੀ ਦੇ ਲੜਦੇ ਸੀ ਬੀਜੇਪੀ ਨਾਲ, ਇਸ ਵਾਰ ਆਪਣੇ ਬਲਬੂਤੇ ਲੜ ਰਹੇ। ਨਹੀਂ, ਅੱਛੀ ਗੱਲ ਆ, ਲੜ ਰਹੇ ਤਾਂ ਬਹੁਤ ਅੱਛੀ ਗੱਲ ਆ, ਅਸੀਂ ਇਹਦੀ ਕਰਨਾ ਲੜਾਂ, ਅੱਛੀ ਗੱਲ ਆ। ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ, ਅਤੇ ਉੱਧਰੋਂ ਮੰਤਰੀ ਸਾਹਿਬ ਨੇ ਜਿਹੜੇ ਧਾਲੀਵਾਲ, ਉਹ ਵੀ ਮੈਦਾਨ ਦੇ ਵਿੱਚ ਉਤਰੇ। ਵੇਖੋ, ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਬਹੁਤ ਸੀਗੀਆਂ, ਲੇਕਿਨ ਚਲੋ ਇੱਕ ਤਾਂ ਵਾਅਦਾ ਇਹਨਾਂ ਪੂਰਾ ਕੀਤਾ, ਬਿਜਲੀ ਦਿੱਤੀ ਲੋਕਾਂ ਨੂੰ ਫਰੀ, ਬਾਕੀ ਦੇ ਵਾਅਦੇ ਜਿਹੜੇ ਹਜੇ ਕੋਈ ਉਹ ਉਹਦੇ ਵਿੱਚ ਹੀ ਪਏ ਆ, ਪੋਸਟਪੋਨ ਹੀ ਪਏ ਆ। ਤਾਂ ਆਮ ਜਨਤਾ ਜਿਹੜੀ ਹੈ ਇਸ ਵਾਰੀ ਵੋਟਾਂ ਜ਼ਰੂਰ ਪਾਉਣਾ ਚਾਹੁੰਦੀ ਹੈ, ਪਰ ਉਮੀਦਵਾਰ ਆਪਣੀ ਮਰਜ਼ੀ ਦੇ ਨੂੰ ਵੋਟ ਪਾਉਣੀ ਚਾਹੁੰਦੇ ਨੇ ਜਿਹੜੇ ਜਨਤਾ ਦੇ ਮੁੱਦਿਆਂ ਦੇ ਲੜੇ। ਤਾਂ ਜਨਾਬ, ਵੱਡੇ ਵੱਡੇ ਵਾਅਦੇ ਅਤੇ ਵੱਡੇ ਵੱਡੇ ਦਾਅਵਿਆਂ ਦੇ ਨਾਲ ਜਨਤਾ ਦੇ ਦਰਬਾਰ ਹਾਜ਼ਰ ਹੋ ਰਹੇ ਨੇ ਲੀਡਰ, ਕਿਹੜੇ ਵਾਅਦੇ ਨੇ, ਕਿਹੜੇ ਦਾਅਵੇ ਨੇ ਜਿਹੜੇ ਪੂਰੇ ਹੋਣੇ ਚਾਹੀਦੇ ਨੇ? ਦੇਖੋ ਜੀ, ਸਭ ਤੋਂ ਜ਼ਿਆਦਾ ਵੱਡਾ ਮੁੱਦਾ ਤਾਂ ਇੱਥੇ ਲਾਅ ਐਂਡ ਆਰਡਰ ਦਾ ਜ਼ਰੂਰੀ ਹੈ, ਜਿਹੜਾ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ। ਤੁਸੀਂ ਵੀ ਰੋਜ਼ ਦਿਹਾੜੀ ਬਾਜ਼ਾਰ 'ਚ ਵਿਚਰਦੇ ਹੋ, ਦੇਖਦੇ ਹੋ, ਕਦੀ ਕਿਸੇ ਦਾ ਮੋਬਾਈਲ ਖੋ ਰਿਹਾ, ਕਦੀ ਕਿਸੇ ਨੂੰ ਕੋਈ ਗੋਲੀ ਮਾਰਤੀ ਜਾਂਦੀ ਹੈ, ਕਦੀ ਕਿਸੇ ਦਾ ਕੋਈ ਚਾਕੂ ਮਾਰਤਾ, ਇਹ ਰੋਜ਼ ਦੇ ਦਿਨ ਪ੍ਰਤੀ ਦਿਨ ਲੜਾਈ ਝਗੜੇ ਜਿਹੜੇ ਵਧੀ ਤੁਰੀ ਜਾਣ ਰਹੇ ਨੇ, ਔਰ ਇਹਨਾਂ ਦਾ ਜਿਹਨਾਂ ਦਾ ਮਕਸਦ ਕੁਛ ਵੀ ਨਹੀਂ ਹੁੰਦਾ। ਛੋਟੀਆਂ ਛੋਟੀਆਂ ਗੱਲਾਂ, ਚੋਰ ਚਕਾਰੀ ਬੜੀ ਹੈ, ਮੋਟਰਸਾਈਕਲ ਚੋਰੀ ਹੋ ਜਾਂਦੇ ਨੇ, ਇਹ ਲਾਅ ਐਂਡ ਆਰਡਰ ਦਾ ਮੁੱਦਾ ਸਭ ਤੋਂ ਇਸ ਵੇਲੇ ਨਾ ਨੰਬਰ ਇੱਕ 'ਤੇ ਹੋਣਾ ਚਾਹੀਦਾ। ਦੂਸਰੀ ਗੱਲ ਹੈ, ਸਰਕਾਰ ਨੂੰ ਐਜੂਕੇਸ਼ਨ ਔਰ ਹੋਸਪਿਟਲ ਵਾਸਤੇ ਕੋਈ ਨਾ ਕੋਈ ਗਰੀਬ ਆਦਮੀ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਨੇ। ਚਾਰ ਉਮੀਦਵਾਰ ਨੇ ਜੀ ਇਸ ਵਾਰੀ ਚੋਣ ਮੈਦਾਨ ਦੇ ਵਿੱਚ, ਜਿਹੜੇ ਮੰਨੇ ਪਰਮੰਨੇ ਨੇ ਆਉਂਦੇ ਜੀ, ਅਸੀਂ ਥੰਮ ਆ ਰਾਜਨੀਤੀ ਦੇ। ਆਮ ਆਦਮੀ ਪਾਰਟੀ ਤੋਂ ਮੌਜੂਦਾ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਨੇ, ਬੀਜੇਪੀ ਤੋਂ ਜਿਹੜੇ ਤਰਨਜੀਤ ਸਿੰਘ ਸਮੁੰਦਰੀ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਨਿਲ ਜੋਸ਼ੀ, ਅਤੇ ਮੌਜੂਦਾ ਐਮ ਪੀ ਜਿਹੜੇ ਨੇ ਔਜਲਾ ਸਾਹਿਬ ਨੇ, ਕਿਹੋ ਜਿਹਾ ਐਮ ਪੀ ਇਸ ਵਾਰੀ ਵਾਜਬਾ ਅੰਮ੍ਰਿਤਸਰ? ਦੇਖੋ ਜੀ, ਔਜਲਾ ਸਾਹਿਬ ਐਮ ਪੀ ਸਾਡੇ ਠੀਕ ਤਾਂ ਰਹੇ ਨੇ, ਪਰ ਬਦਕਿਸਮਤੀ ਅੰਮ੍ਰਿਤਸਰ ਦੀ ਇਹ ਰਹੀ ਹੈ
ਜੇ ਕਾਂਗਰਸ ਦੀ ਸਰਕਾਰ ਸੈਂਟਰ 'ਚ ਹੈਗੀ ਸੀ ਤਾਂ ਇੱਥੇ ਬੀਜੇਪੀ ਦਾ ਐਮ ਪੀ ਜਿੱਤਦਾ ਰਿਹਾ। ਉਹ ਪਿਛਲੇ ਤੁਸੀਂ 10 ਸਾਲ ਤੋਂ ਦੇਖਿਆ ਹੀ ਹੋਣਾ, 2 ਵਾਰੀ ਸਿੱਧੂ ਜਿੱਤਿਆ ਅਤੇ ਸਰਕਾਰ ਕਾਂਗਰਸ ਦੇ ਸੈਂਟਰ 'ਚ ਸੀਗੀ, ਹੁਣ 2 ਵਾਰੀ ਔਜਲਾ ਜਿੱਤਿਆ ਤਾਂ ਬੀਜੇਪੀ ਦੀ ਸਰਕਾਰ। ਇਹਨਾਂ ਨੂੰ ਇੱਥੇ ਕੰਮ ਕਰਨ ਦਾ ਕੋਈ ਮੌਕਾ ਨਹੀਂ ਮਿਲ ਸਕਦਾ। ਇਹ ਕਹੋ ਕਹਿੰਦੇ ਵੀ ਸਾਨੂੰ ਫੰਡ ਨਹੀਂ ਮਿਲਦੇ ਸੈਂਟਰ 'ਚੋਂ ਵੀ ਅਸੀਂ ਅੰਮ੍ਰਿਤਸਰ ਵਾਸਤੇ ਕੀ ਕਰੀਏ, ਅਤੇ ਇਸ ਕਰਕੇ ਹੁਣ ਇਹ ਮੁੱਦੇ ਜਿਹੜੇ ਨੇ ਨਾ, ਲੋਕ ਜਿਹੜੇ ਨਾ ਖਾਮੋਸ਼ ਬੈਠੇ ਹੋਏ ਨੇ, ਅਤੇ ਕੋਈ ਕਿਸੇ ਨੂੰ ਕੋਈ ਪਾਰਟੀ ਨੂੰ ਕੋਈ ਹੁੰਗਾਰਾ ਨਹੀਂ ਭਰਦਾ ਪਿਆ ਵੀ ਮੈਂ ਫਲਾਣੇ ਨੂੰ ਵੋਟ ਪਾਵਾਂਗਾ ਉਹਨੂੰ ਵੋਟ ਪਾਵਾਂਗਾ। ਜਨਤਾ ਜਨਾਰਦਨ ਹੈ, ਫੈਸਲਾ ਜਨਤਾ ਨੇ ਦੇਣਾ, ਫਤਵਾ ਜਨਤਾ। ਜਨਤਾ ਕੁਛ ਕਿਹਾ ਹੀ ਨਹੀਂ ਨਾ ਰਹੀ, ਜਨਤਾ ਚੁੱਪ ਕਰਕੇ ਮੌਨ ਹੋ ਕੇ ਵੇਖ ਰਹੀ ਹੈ ਹਾਲੀ, ਵੀ ਕਹਿੰਦੇ ਹਾਲੀ ਬੜੀ ਦੂਰ ਆ ਇਲੈਕਸ਼ਨ, ਜਦੋਂ ਤਰੀਕ ਆਏਗੀ ਲਾ ਕੇ ਫਿਰ ਦੇਖਾਂਗੇ ਕੀ ਆ। ਪਰ ਸ਼ਹਿਰ ਦੇ ਵਿੱਚ ਵੀ ਕੋਈ ਚੋਣ ਪ੍ਰਚਾਰ ਦਾ ਕੋਈ ਗਹਿਮਾ ਗਹਿਮੀ ਕੋਈ ਨਹੀਂ ਹੈਗੀ, ਤੁਸੀਂ ਸਾਰਾ ਬਾਜ਼ਾਰ ਸ਼ਹਿਰ ਵੇਖਦੇ ਰਹਿੰਦੇ ਹੋ, ਤੁਹਾਡਾ ਕੰਮ ਹੈ ਸਾਰੀ ਦਿਹਾੜੀ ਇਹੋ ਕੰਮ ਕਰਦੇ ਰਹਿਣਾ। ਤੁਸੀਂ ਵੀ ਦੇਖ ਰਹੇ ਹੋ ਕਿਧਰੇ ਤੁਹਾਨੂੰ ਕੋਈ ਚੋਣ ਪ੍ਰਚਾਰ, ਕਿਧਰੇ ਕੋਈ ਸਪੀਕਰ, ਕਿਧਰੇ ਕੋਈ ਰੈਲੀ, ਕੋਈ ਨਜ਼ਰ ਨਹੀਂ ਆ ਰਿਹਾ। ਬਹੁਤ ਧੰਨਵਾਦ। ਤਾਂ ਜਨਤਾ ਦੇ ਫਤਵਾ ਲੈਣ ਲਈ, ਜਨਤਾ ਦੀ ਰਾਏ ਜਾਣਨ ਲਈ ਅੱਜ ਅੰਮ੍ਰਿਤਸਰ ਪਹੁੰਚੇ, ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ, ਤਾਂ ਜ਼ਰੂਰ ਗੱਲਬਾਤ ਕਰਾਂਗੇ ਕਿ ਅੰਮ੍ਰਿਤਸਰ ਦੀ ਜਨਤਾ ਕਿਸ ਨੂੰ ਫਤਵਾ ਦਿੰਦੀ ਹੈ ਇਸ ਵਾਰੀ। ਤਾਂ ਹਾਂਜੀ ਸਰ, ਕਿਵੇਂ ਦੇਖਦੇ ਹੋ, 4 ਉਮੀਦਵਾਰ ਨੇ, 4ੇ ਵੱਡੇ ਵੱਡੇ ਵਾਅਦੇ ਦੇ ਦਿੱਤੇ ਬੀਜੇਪੀ ਨੂੰ ਸਰ? ਕਿਉਂ ਬੀਜੇਪੀ ਕਿਉਂ? ਸੈਂਟਰ 'ਚ ਹੈਗੀ ਹੈ ਸਰ, ਇੱਕ ਇਹ ਰੀਜ਼ਨ ਹੈ। ਦੂਜਾ ਜਿਵੇਂ ਆਮ ਆਦਮੀ ਪਾਰਟੀ ਜਿਵੇਂ ਆਈ ਇੱਥੇ, ਪਰ ਕੋਈ ਐਜ਼ ਇਟ ਇਜ਼ ਕੋਈ ਚੇਂਜ ਨਹੀਂ ਹੈਗਾ ਇੱਥੇ ਅੰਮ੍ਰਿਤਸਰ 'ਚ ਐਜ਼ ਇਟ। ਬੀਜੇਪੀ ਦਾ ਤਾਂ ਵਿਰੋਧ ਵੀ ਬੜਾ ਹੋ ਰਿਹਾ ਉਹਦੇ, ਪਤਾ ਨਹੀਂ ਇਸੇ ਕਰਕੇ ਉਹਨੂੰ ਪਾ ਰਹੇ ਹਾਂ, ਵਿਰੋਧ ਹੋ ਰਿਹਾ ਉਹਨਾਂ ਦੇ ਅਗੇਂਸਟ, ਇਹੀ ਸਪੋਰਟ ਕਰ ਰਹੇ ਹਾਂ। ਕਿਸਾਨਾਂ ਦੇ ਮੁੱਦੇ ਨੇ, ਬੜੀ ਆਮ ਜਨਤਾ ਦੇ ਮੁੱਦੇ ਨੇ, ਵੱਡੇ ਵੱਡੇ ਦਾਅਵੇ ਪਿਛਲੇ ਖਾਲੀ ਪੰਜਾਬ 'ਚ ਹੀ ਰਹਿ ਗਏ, ਸਿਮਟ ਕੇ ਇੱਥੇ ਹੀ ਰਹਿ ਗਏ, ਅਤੇ ਹੁਣ ਇਹ ਬੈਠੇ ਆ ਸ਼ੰਭੂ ਬੋਰਡ 'ਤੇ 7 ਦਿਨਾਂ ਦੇ 8 ਦਿਨਾਂ ਦੇ ਸਪੋਰਟਰ, ਇਹ ਕਹਿ ਕਿ ਸੈਂਟਰ 'ਚ ਨੌਕਰੀਆਂ ਦੇ ਅਗੇਂਸਟ ਹੈ ਜੀ, ਨੌਕਰੀਆਂ ਨਹੀਂ ਦੇ ਰਹੇ, ਉਹ ਨਹੀਂ ਦੇ ਰਹੇ। ਇਹ ਅੱਜ 15 ਦਿਨ ਦੇ ਉੱਥੇ ਬੈਠੇ ਹੈ ਉੱਥੇ, ਅਤੇ ਜਿਹੜੇ ਇੱਥੇ ਆਟੋ ਚਲਾਉਂਦੇ ਸਟੇਸ਼ਨ 'ਤੇ ਜਾਂ ਸਟੇਸ਼ਨ ਦੇ ਜਿਹੜੇ ਕੁਲੀ ਹੋਣਗੇ ਜਾਂ ਟੂਰਿਸਟ ਹੈ ਜਿਹਦੇ 'ਤੇ ਪੂਰੀ ਹੱਬ ਹੈ ਅੰਮ੍ਰਿਤਸਰ ਦੀ, ਸਪੈਸ਼ਲੀ ਅੰਮ੍ਰਿਤਸਰ ਦੀ, ਸਾਰਾ ਟੂਰਿਸਟ ਇੱਥੋਂ ਨਿਕਲ ਗਿਆ, ਸਾਡੀ ਬੁਕਿੰਗ ਹੈ, ਮੇਰਾ ਕੰਮ ਹੀ ਟ੍ਰੇਨ ਦੀ ਟਿਕਟਾਂ ਦਾ ਹੈ, ਪੂਰੀ ਤਰ੍ਹਾਂ ਇਫੈਕਟ ਹੈ। ਅਸੀਂ ਜੋ ਲੋਕ ਜੇ 15 ਦਿਨ ਤੋਂ ਇਫੈਕਟ ਹੋ ਰਹੇ ਹਾਂ, ਤਾਂ ਅਸੀਂ ਉਹਨਾਂ ਦੀ ਸਪੋਰਟ ਕਿਸ ਵਜ੍ਹਾ ਨਾਲ ਕਰੀਏ ਦੱਸੋ ਤੁਸੀਂ? ਇੱਕ ਗੱਲ ਹੁੰਦੀ, 2 ਗੱਲ ਹੁੰਦੀ, ਹੀ ਰੋਕਣਾ ਹੀ ਹੈ, ਤੁਸੀਂ ਜਾ ਕੇ ਐਮ ਪੀ ਦਾ ਕਿ ਐਮ ਐਲ ਏ ਦਾ, ਉਹਨਾਂ ਦਾ ਜਾ ਕੇ ਘਰ ਦੇ ਬਾਹਰ ਬੈਠੋ ਅਤੇ ਰਸਤਾ ਰੋਕੋ। ਇੱਕ ਆਮ ਨੋਰਮਲ ਪਬਲਿਕ ਹੈ, ਕੋਈ ਸੁੱਖ ਦੁੱਖ ਦੇ ਨਾਲ ਘਰੋਂ ਨਿਕਲਿਆ ਵਾ, ਕਿਸੇ ਦਾ ਕੋਈ ਕੰਮ ਹੈ ਜਾਂ ਕੋਈ ਵਜ੍ਹਾ ਹੈ, ਕੋਈ ਬਿਜ਼ਨਸ ਹੈ, ਕੋਈ ਉਸ ਪਰਪਜ਼ ਨਾਲ ਹੈ। ਇਸ ਵੇਲੇ ਅੱਜ ਦੀ ਜਿਹੜੀ ਸਵੇਰ ਦੀ ਸ਼ਤਾਬਦੀ ਹੈ, 5 ਵਜੇ ਦੀ ਜਿਹੜੀ ਅੰਮ੍ਰਿਤਸਰੋਂ ਚੱਲਣੀ ਹੈ, ਉਹ ਹਾਲੇ ਤੱਕ ਦਿੱਲੀ ਨਹੀਂ ਪਹੁੰਚੀ। ਕਹਿੰਦੇ ਨੇ ਕਿਸਾਨ ਜਵਾਨ ਅਤੇ ਮਜ਼ਦੂਰ ਜਿਹੜਾ ਆਮ ਜਨਤਾ ਲਈ ਲੜਦਾ। ਕਿਸਾਨਾਂ ਦੇ ਐਂ ਨਹੀਂ ਕਿ ਉਹਨਾਂ ਦੀਆਂ ਡਿਮਾਂਡ ਗਲਤ ਹੈ, ਉਹਨਾਂ ਦਾ ਤਰੀਕਾ ਗਲਤ ਹੈ ਆਪਣੀ ਗੱਲ ਮਨਾਉਣ ਦਾ। 19 ਨੂੰ ਇਲੈਕਸ਼ਨ ਸ਼ੁਰੂ ਹੋਇਆ, ਤੁਸੀਂ 18 ਜਾਂ 17 ਇਲੈਕਸ਼ਨ ਤੋਂ 1-2 ਦਿਨ ਪਹਿਲਾਂ ਜਾ ਕੇ ਫਿਰ ਬੈਠ ਗਏ ਹੋ। ਇਹ ਪੋਲੀਟੀਕਲੀ ਜ਼ਿਆਦਾ ਲੱਗਦਾ ਕਿ ਇਹਨਾਂ ਨੂੰ ਫੰਡਿੰਗ ਹੈ, ਇਸ ਵਜ੍ਹਾ ਕਰਕੇ ਇਹ ਹੈਗਾ। ਅਦਰ ਆਲ ਓਵਰ ਬਾਕੀ ਇੰਡੀਆ 'ਚ ਕਿਉਂ ਨਹੀਂ ਇਹਨਾਂ ਨੂੰ ਕੋਈ ਸਪੋਰਟ ਕਰ ਰਿਹਾ, ਬਾਕੀ ਉਹ ਕਿਉਂ ਨਹੀਂ ਕਿਸਾਨਾਂ ਆ ਕੇ ਟਰੈਕ 'ਤੇ ਬਹਿ ਰਹੇ ਯਾਰ? ਬੀਜੇਪੀ ਤੋਂ ਤਰਨਜੀਤ ਸੰਧੂ ਨੇ ਬਾਹਰੋਂ ਆਏ ਹੋਏ ਜਾਂਦੇ ਜੀ, ਬਾਹਰੋਂ ਪੈਰਾਸੂਟ ਨਾਲ ਉਤਾਰ, ਬਾਹਰੋਂ ਬੰਦਾ ਲਾਇਕ ਨਹੀਂ ਆ ਸਕਦਾ। ਸਾਨੂੰ ਲਾਇਕ ਬੰਦੇ ਦੀ ਉਮੀਦ ਹੈ, ਉਹ ਬੰਦਾ ਪੜ੍ਹਿਆ ਲਿਖਿਆ, ਲਾਇਕ ਹੈ, ਇੱਕ ਅੱਛੀ ਪੋਸਟ ਤੋਂ ਆ ਰਿਹਾ ਇੱਥੇ। ਲਾਸਟ ਟਾਈਮ ਹਰਦੀਪ ਸਿੰਘ ਪੁਰੀ ਸੀ, ਉਹ ਵੀ ਬਹੁਤ ਅੱਛੇ ਸੀਗੇ, ਸੁਲਝੇ ਬੰਦੇ ਸੀਗੇ, ਇਸ ਕਰਕੇ ਉਹਨਾਂ ਨੂੰ ਸਪੋਰਟ ਕਰਾਂਗੇ। ਜ਼ਰੂਰ ਜੀ, ਇਸ ਭਾਈ ਸਾਹਿਬ ਨੇ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਤਰਨਜੀਤ ਸੰਧੂ, ਉਹਨਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ, ਤਾਂ ਵੋਟਾਂ ਚੱਲ ਰਹੀਆਂ, ਕਿਹਨੂੰ ਵੋਟ ਪਾਉਂਗੇ? ਵੋਟ ਭਾਜੀ ਹਾਲੇ ਕੁਛ ਪਤਾ ਨਹੀਂ ਹੈ ਜੀ, ਕਿਹਨੂੰ ਪਾਉਣੀ ਹੈ। ਕਿਹੜੀ ਪਾਰਟੀ ਨੂੰ? ਫਿਰ ਵੀ ਵੇਖੋ ਜਿਹੜੀ ਆ ਗਈ ਉਹਨੂੰ ਪਾ ਦਾਂਗੇ। ਜਿਹੜਾ ਬੰਦਾ ਜਿਹੜਾ ਜਾਪਦਾ ਜੀ ਅੰਮ੍ਰਿਤਸਰ ਲਈ ਵਾਜੂ ਬਾਅਦ 'ਚ, ਇਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਆਪਾਂ ਨੂੰ ਇਸ ਵਾਰੀ। ਹੁਣ ਭਗਵੰਤ ਮਾਨ ਜੀ ਹੈਗੇ, ਵੇਖੋ ਕੀ ਕਰਦੇ ਅੱਗੇ। ਚੋਣਾਂ ਨਹੀਂ ਲੜ ਰਹੇ, ਉਹ ਨਹੀਂ ਚੋਣਾਂ ਲੜ ਰਹੇ, ਉਹਨਾਂ ਦੀ ਪਾਰਟੀ ਦੇ ਧਾਲੀਵਾਲ ਸਾਹਿਬ ਨੇ ਜਿਹੜੇ ਆਮ ਆਦਮੀ ਪਾਰਟੀ।
ਕੁਛ ਨਹੀਂ ਕਹਿ ਸਕਦੇ ਹੁਣ ਇਹਦੇ 'ਚ, ਸਾਡੇ ਕੋਲ ਕੁਛ ਨਹੀਂ ਹੈਗਾ। ਅੱਗੇ ਕਿੰਨਾ ਕੁ ਸੁਧਾਰ ਹੋਇਆ ਤੁਹਾਨੂੰ ਪਤਾ ਹੀ ਆ ਸਾਰਾ ਕੁਛ। ਸੁਧਾਰ ਨਹੀਂ ਹੋਇਆ ਲੇਕਿਨ ਬਦਲਾਅ ਹੋਣ ਦਾ ਚਾਂਸ ਹੈ, ਆਪਾਂ ਬਦਲ ਸਕਦੇ ਹਾਂ। ਜੇ ਬਦਲਾਅ ਲਿਆਉਣਾ ਤਾਂ ਵੋਟਾਂ ਤਾਂ ਪਾਉਣੀਆਂ, ਸਾਡਾ ਹੱਕ ਆ ਅਸੀਂ ਵੋਟ ਪਾਉਣੀ ਜ਼ਰੂਰੀ ਹੈ। ਵੋਟ ਹੋਣਾ ਜਨਤਾ ਪਾਰਟੀ ਨਹੀਂ ਪਏਗੀ, ਇੱਕ ਮੌਕਾ ਦੇ ਕੇ। ਹਾਂਜੀ ਪਾਪਾ ਜੀ, ਵੋਟ ਕਿਹਨੂੰ ਪਾਉਣੀ ਚਾਹੁੰਦੇ? ਵੋਟ ਕਿਹਨੂੰ ਪਾਈਏ? ਕੋਈ ਫਾਇਦਾ ਕੋਈ ਹੈ ਨਹੀਂ, ਕਿਸੇ ਨੂੰ ਵੀ ਪਾਉਣ ਦਾ ਭਾਅ, ਉਹਨੂੰ ਪਾ ਦਿਓ ਅਤੇ ਉਹਨੂੰ ਪਾ ਦਿਓ। ਸਾਨੂੰ ਤਾਂ ਪੁਲਿਸ ਤੰਗ ਰਹਿੰਦੇ, ਖਲੋਂਦੇ ਨੇ, ਦਿਹਾੜੀ ਬੰਨਣ ਡੀ। ਆਪਾਂ ਇਹੀ ਸਰਕਾਰ ਨੂੰ ਕੀ ਕਹਿਣਾ ਗਾ, ਪਰ ਵੋਟ ਪਾਉਣੀ ਤਾਂ ਜ਼ਰੂਰੀ ਹੈ ਨਾ। ਇਹ ਕੀ ਵੋਟ ਪਾ, ਕਾਂਗਰਸ ਨੂੰ ਪਾਣੀ, ਹੋਰ ਕਿਸੇ ਨੂੰ ਨਹੀਂ ਪਾਣੀ? ਮੌਜੂਦਾ ਜਿਹੜੇ ਐਮ ਪੀ ਨੇ, ਹਾਂ ਬਿਲਕੁਲ, ਉਹਨਾਂ ਨੂੰ ਪਾਣੀ ਹੈ। ਉਹਨਾਂ ਨੇ ਕੀ ਸਵਾਰਿਆ ਤੁਹਾਡਾ? ਉਹ ਸਵਾਰਿਆ ਸਾਨੂੰ, ਕਿਹਨੇ ਸਵਾਰਿਆ? ਕਿਸੇ ਆਮ ਪਾਰਟੀ ਨੇ ਨਹੀਂ ਸਵਾਰਿਆ। ਆਪਾਂ ਧੱਕੇ ਦੇ ਧੱਕੇ ਹੀ ਖਾਣਾ ਹੈ, ਗਰੀਬ ਬੰਦੇ ਨੇ ਥਾਂ ਠਾਂ ਹੀ ਜਾਣਾ, ਇਹਨਾਂ ਤਾਂ ਤਾਂ ਜਾਣਾ, ਆਪਣੇ ਵੱਸ ਦਾ ਕੋਈ ਰੋਗ ਨਹੀਂ ਗਾ। ਔਜਲਾ ਸਾਹਿਬ ਮਿਲੇ ਨੇ ਤੁਹਾਨੂੰ ਕਦੀ? ਹਾਂ ਮਿਲਿਆ ਉਹਨੂੰ, ਬੜੀਆ ਮਿਲਿਆ ਉਹਦੇ, ਕੋਈ ਜਿਹਾ ਬਾਹਰ ਦਫ਼ਤਰ ਨਹੀਂ ਆਏ ਨਾ ਰੋਡ 'ਤੇ, ਉੱਥੇ ਅੱਗੋਂ ਹਾਂ ਕੋਈ ਕੰਮ ਪੈ ਜਾਵੇ ਉਹ ਮਾੜਾ ਮੋਟਾ ਕਰ ਵੀ ਦਿੰਦਾ, ਮਤਲਬ ਸਵਾਰਦੇ ਨੇ? ਸਵਾਰਦੇ ਸਵਾਰਦੇ ਨੇ। ਬਹੁਤ ਬਹੁਤ ਧੰਨਵਾਦ। ਤਾਂ ਵੀਰੇ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਚਾਹੁੰਦੇ ਆ ਸਾਰੀ ਉਮੀਦਵਾਰ, ਕਿਹੋ ਜਿਹਾ ਚਾਹੀਦਾ ਅੰਮ੍ਰਿਤਸਰ ਦਾ? ਭਾਈ ਸਾਰੇ ਵਧੀਆ, ਬਸ ਜਿੰਨੇ ਮਰਜ਼ੀ ਪਾ ਦਿਓ। ਤੁਸੀਂ ਮਿਹਨਤ ਕਰਦੇ ਹੋ, ਆਮ ਜਨਤਾ ਆਮ ਜਨਤਾ ਚਾਹੁੰਦੀ ਹੈ ਕਿ ਸਾਡਾ ਲੀਡਰ ਵਧੀਆ ਹੋਣਾ ਚਾਹੀਦਾ। ਆਮ ਪਾਰਟੀ ਨੂੰ ਭਾਈ ਵਾਦਾ ਗਿਆ, ਆਮ ਪਾਰਟੀ ਨੂੰ ਵਾਦਾ। ਆਮ ਆਦਮੀ ਪਾਰਟੀ ਸਹੀ ਹੈ ਤੁਹਾਡੇ ਲਈ? ਸਹੀ ਹੈ ਭਾਜੀ, ਠੀਕ ਹੈ, ਕੰਮ ਕਰਦੀ ਪਈ ਆ। ਤਾਂ ਜ਼ਰੂਰ ਜੀ, ਜਨਤਾ ਜਨਾਰਦਨ ਹੈ, ਜਨਤਾ ਜਨਾਰਦਨ ਨੇ ਹੀ ਫੈਸਲਾ ਦੇਣਾ, ਫਤਵਾ ਦੇਣਾ। ਇਹ ਤਾਂ ਅੰਮ੍ਰਿਤਸਰ ਦੀ ਜਨਤਾ ਦੇ ਰਲੇ ਮੁਲੇ ਜਿਹੜੇ ਸੁਝਾਅ ਨੇ ਜ਼ਰੂਰ ਨੇ, ਪਰ ਵੋਟਾਂ ਦੇ ਵਿੱਚ ਅਜੇ ਬਹੁਤ ਸਮਾਂ ਪਿਆ। ਉਮੀਦਵਾਰ ਆਪਣੇ ਵੱਡੇ ਵਾਅਦਿਆਂ ਅਤੇ ਦਾਅਵਿਆਂ ਦੇ ਨਾਲ ਜਨਤਾ ਦੇ ਦਰਬਾਰ ਜਾ ਰਿਹਾ। ਜਨਤਾ ਦੀ ਰਾਏ ਜਾਣਨ ਲਈ ਅਸੀਂ ਅੰਮ੍ਰਿਤਸਰ ਪਹੁੰਚੇ ਹਾਂ, ਤਾਂ ਅੰਮ੍ਰਿਤਸਰ ਦੀ ਜਨਤਾ ਇਸ ਵਾਰੀ ਉਹਨੂੰ ਵੋਟ ਪਾਉਣੀ ਚਾਹੁੰਦੀ ਹੈ ਜਿਹੜੀ ਜਨਤਾ ਦਾ ਸੁਧਾਰ ਕਰੇ, ਅੰਮ੍ਰਿਤਸਰ ਦਾ ਸੁਧਾਰ ਕਰੇ। ਤਾਂ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ, ਤੁਸੀਂ ਜੁੜੇ ਰਹੋ ਸਟਿਓਲ ਪੰਜਾਬ ਟੀਵੀ ਨਾਲ।